ਹਾਂਜੀ ਕਿੱਦਾਂ ਸਾਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਇਹ ਵੀਡੀਓ ਹੈਗੀ ਆ ਜੀ ਤੁਹਾਨੂੰ ਦੱਸ ਦੇ ਕਿ ਇਸ ਲਈ ਤੁਹਾਡਾ ਸਾਥ ਚਾਹੀਦਾ ਪੰਜਾਬੀਓ ਤੇ ਥੈਂਕ ਯੂ ਜਿਨ੍ਹਾਂ ਨੇ ਮੇਰੇ ਹੱਕ 'ਚ ਗੱਲਾਂ ਕੀਤੀਆਂ ਇਹ ਵੀਡੀਓ ਹੈਗੀ ਆ ਡਾਂਸਰ ਲਈ ਹਾਂਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਉਹ ਕੌਣ ਆ ਤੇ ਬਾਕੀ ਮੇਰੀ ਬੇਇੱਜ਼ਤੀ ਆ ਭਾਈ ਜੀ ਇੱਥੇ ਸਰੀਜ ਮੈਨੂੰ ਕਈ ਵਾਰੀ ਸਿੰਘਾਂ ਵੀਰਿਆਂ ਨੇ ਰੋਕਿਆ ਸੀ ਜਿੱਥੇ ਮੈਂ ਕੁਛ ਹਾਂਜੀ ਸਹੀ ਨਹੀਂ ਕਿਹਾ ਸੀ ਪਰ ਮੈਂ ਹੈਰਾਨ ਆ ਖਾਲਿਸਤਾਨ ਖਾਲਿਸ ਸਾਰਿਆਂ ਨੂੰ ਪਤਾਇਆ ਖਾਲਿਸਤਾਨ ਨੂੰ ਸ਼ਰੇਆਮ ਖੋਤਾਸਤਾਨ ਕਹਿੰਦੀ ਰਹਿੰਦੀ ਆ ਖੋਤੀਸਤਾਨ ਕਹਿੰਦੀ ਰਹਿੰਦੀ ਆ ਸੋ ਕੋਈ ਸਿੱਖ ਵੀਰ ਭਰਾ ਚ ਕਿਸੇ ਚ ਹੈ ਨਹੀਂ ਅਲਕ ਵੀ ਭਾਈ ਤੂੰ ਕੌਣ ਹੁੰਨੀ ਇਦਾਂ ਕਹਿਣ ਵਾਲੀ ਤੁਹਾਨੂੰ ਸਾਰੇ ਕੁਛ ਦਿਖਾਉਣਾ ਆ ਬਾਈ ਜੀ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਤੇ ਤੁਸੀਂ ਅੱਗੇ ਦਾ ਕਹਿੰਦੇ ਰਹਿੰਦੇ ਭਾਜੀ ਚੱਕ ਕੇ ਕਿੱਲੀ ਨੱਪ ਕੇ ਨਾ ਖਾਪਾ ਤੇਰੇ ਨਾਲ ਆ ਹੁਣ ਦੱਸਿਓ ਨਾਲ ਹੀ ਆ ਮੇਰੇ ਜੱਜਾਸ ਲਿਖਿਓ ਤੇ ਕਰਤੂਤਾਂ ਦਿਖਾਉਣੇ ਤੁਹਾਨੂੰ ਸ਼ੇਅਰ ਕਰ ਦਿਓ ਜਲਦੀ ਜਲਦੀ ਤੇ ਭਾਈ ਬੇਨਤੀ ਮੇਰੀ ਉਹੀ ਅਪੀਲ ਆ ਬਾਈ ਜੀ ਸੋ ਆਪਾਂ ਮੈਨੂੰ ਬਾਈ ਜੀ ਹੁਣ ਆਪਾਂ ਉਹ ਕੰਮ ਤਾਂ ਹੈ ਨਹੀਂ ਵੀ ਵੀਡੀਓ ਵੀਡੀਓ ਖੇਲਣਾ ਸੋ ਮੈਨੂੰ ਚਾਹੀਦਾ ਇਹਦਾ ਐਡਰੈਸ ਸੋ ਮੇਰੀ ਹੈਲਪ ਕਰੋ ਇਹਦਾ ਐਡਰੈਸ ਚਾਹੀਦਾ ਮੈਨੂੰ ਕੈਨੇਡਾ ਚ ਸੋ ਤੁਹਾਨੂੰ ਦਿਖਾਉਣਾ ਆ ਸੋ ਪਹਿਲਾਂ ਤਾਂ ਬਾਈ ਜੀ ਥੈਂਕ ਯੂ ਸਾਰਿਆਂ ਦਾ ਇੱਕ ਗੱਲ ਮੈਂ ਤੁਹਾਨੂੰ ਦਿਖਾਉਣ ਲੱਗਾ ਆ ਉਹ ਭਲਾ ਕਿਹੜੀ ਆ ਉਹ ਦਿਖਾਉਣਾ ਪਹਿਲਾਂ ਤੁਹਾਨੂੰ ਬਾਈ ਜੀ ਮੈਂ ਇੱਕ ਗੱਲ ਦੇਖ ਲਈ ਆ ਸੋ ਆਪਣੇ ਆ ਦੇਖੋ ਸੋ ਬਾਈ ਜੀ ਮੈਨੂੰ ਪਹਿਲਾਂ ਤਾਂ ਇਹ ਦੱਸੋ ਪੂਰੇ ਆਪਣੇ ਪੰਜਾਬੀਆਂ ਚੋਂ ਲੱਖਾਂ ਗਰੇਵਾਲ ਆ ਤੁਸੀਂ ਦੱਸੋ ਕਿਹੜੇ ਗਰੇਵਾਲਾਂ ਦੀ ਫੀਮੇਲ عورت ਟਿੱਕਾ ਲਾ ਕੇ ਰੱਖਦੀ ਆ 7 ਦੇ 7 ਦਿਨ ਆਹ ਵਾਲਾ ਦੱਸੋ ਭਾਈ ਹੈਗੀ ਕੋਈ ਹਾਂਜੀ ਜ਼ਿਆਦਾ ਮੈਨੂੰ ਨਹੀਂ ਪਤਾ ਹੋਊਗਾ ਭਾਈ ਲੁਧਿਆਣਾ ਜਿਲ੍ਹੇ ਵਾਲਾ ਜ਼ਿਆਦਾ ਗਰੇਵ ਵਾਲਿਆ ਸੋ ਦੱਸਿਓ ਵੀਰ ਜੀ ਮੈਨੂੰ ਸਾਰਾ ਪੰਜਾਬੀ ਦੇਖਦੇ ਆ ਦੱਸਿਓ ਕੋਈ ਰੱਖਦੀ ਐ ਇਦਾਂ ਹੀ 7 ਦਿਨ ਲਾ ਕੇ ਸੋ ਜਿਹੜੀ ਗੱਲ ਮੈਂ ਨੋਟ ਕੀਤੀ ਆ ਭਾਈ ਸਿੱਧੀ ਗੱਲ ਆ ਸੋ ਆਹ ਦੇਖੋ ਮੈਂ ਤੁਹਾਨੂੰ ਬਾਕੀ ਸ਼ੁਕਰੀਆ ਤੁਹਾਡਾ ਸਭ ਦਾ ਇਹਦੀਆਂ ਹੋਰ ਕਰਤੂਤਾਂ ਵੀ ਦਿਖਾਉਣਾ ਸੋ ਆਹ ਲਓ ਜੀ ਆਹ ਲਓ ਆਹ ਵੀਡੀਓ ਪਾਈ ਆ ਕਿਤੇ ਠੀਕ ਐ ਜੀ ਪਈ ਮੇਰੇ ਬਾਰੇ ਸਾਰਿਆਂ ਨੂੰ ਸੁਣੀ ਲਿਆ ਹੋਣਾ ਮਾੜਾ ਚੰਗਾ ਕਿਹਾ ਤੇ ਵਿਊ ਹੋਇਆ ਇਹਦੇ 5 ਲੱਖ ਆਲਮੋਸਟ 5 ਲੱਖ ਵਿਊ ਹੋ ਗਏ ਆ ਤੇ 2300 ਕਮੈਂਟ ਆ ਠੀਕ ਹੈ ਜੀ ਕਮੈਂਟਾਂ ਚੋਂ ਇੱਕ ਗੱਲ ਜਿਹੜੀ ਮੈਂ ਨੋਟ ਕੀਤੀ ਆ ਉਹੀ سنیਤਾ ਡਾਂਸਰ ਦੀ ਜਿਹੜੀ ਧਰਮ ਵਾਲੇ ਆ ਉਹੀ ਦੀ سپورਟ ਕਰਦੇ ਆ ਸੋ ਤੁਸੀਂ ਕਮੈਂਟਾਂ ਤੋਂ ਨਾਵਾਂ ਤੋਂ ਤੁਹਾਨੂੰ ਪਤਾ ਲੱਗ ਹੀ ਜਾਣਾ ਆ ਕਿ ਇਹਦੀ سپورਟ ਕੌਣ ਕਰਦੇ ਆ ਠੀਕ ਆ ਆ ਸਾਰੇ ਤੁਸੀਂ ਦੇਖ ਸਕਦੇ ਨਾਵਾਂ ਤੋਂ ਖਜੂਰੀਆ ਗੁਪਤਾ ਹਾਂਜੀ ਸੋ ਦੇਖ ਸਕਦੇ ਆ ਨਾਮਾਂ ਤੋਂ ਸਾਰਾ ਆ ਭੱਲਾ ਹਾਂਜੀ ਸਾਰੇ ਦੇਖ ਸਕਦੇ ਆ ਠੀਕ ਐ ਜੀ ਆ ਰਾਣਾ ਠੀਕ ਐ ਆ ਸ਼ਰਮਾ ਕੁਮਾਰ ਇਹ ਸਾਰੇ ਕੌਣ ਆ ਜਿਹੜੇ ਖੁਸ਼ ਹੋਏ ਮੈਨੂੰ ਮਾੜਾ ਚੰਗਾ ਕਹੇ ਤੇ ਇਹ ਸਾਰੇ ਆ ਮੋਦੀ ਦੀਆਂ ਭੇਡਾਂ ਜਿਨ੍ਹਾਂ ਦੀ ਮੈਂ ਪਿਛਲੇ 5 ਸਾਲ ਤੋਂ ਕਰਾ ਕੇ ਰੱਖੀ ਹੋ ਆ ਸੋ ਦੇਖੋ ਇਹ ਕਿੰਦਾ ਖੁਸ਼ ਹੋ ਰਹੇ ਆ ਤੇ ਜਿਨ੍ਹਾਂ ਨੇ ਮੇਰੇ ਹੱਕ 'ਚ ਬੋਲੇ ਉਹਨਾਂ ਵੀਰਾਂ ਦਾ ਵੀ ਥੈਂਕ ਯੂ ਸੋ ਦੇਖ ਸਕਦੇ ਆ ਮਨੀਸ਼ ਭਾਈ ਕਹਿੰਦਾ ਹਿੰਦੀ ਗੱਲ ਸਹੀ ਇਨਸਾਨਿਆ ਹਾਂਜੀ ਸੰਧੂ ਸੁਖਰਾਜ ਸਿੰਘ ਕਹਿੰਦਾ ਹਿੰਦੀ ਗ੍ਰੇਟ ਸੋ ਬਾਕੀ ਸਾਰੀ ਹੁਣ ਦੁਨੀਆ ਨੂੰ ਗੁੱਸਾ ਇਹਨੂੰ ਇਸੀ ਗੱਲ ਦਾ ਹੀ ਆ ਬਾਈ ਜੀ ਮੈਂ ਇਸ ਦੀ ਮਾਂ ਦੀਆਂ ਤਸਵੀਰਾਂ ਵੀ ਦਿਖਾਈਆਂ ਪਰ ਮੈਂ ਮਾੜਾ ਚੰਗਾ ਨਹੀਂ ਕਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਤਾਂ ਪ੍ਰਿੰਸੀਪਲ ਕਿਹਾ ਸੀ ਉਹ ਤਾਂ ਕਦੀ ਸਕੂਲ ਵੀ ਨਹੀਂ ਗਈ ਭਾਵੇਂ ਤੇ ਇਹਦੇ ਕੋਲ ਪਤਾ ਕੀ ਗੱਲ ਆ ਬਾਕੀ ਬਾਈ ਜੀ ਪਿੱਛੇ ਹੋ ਜਾਂਦੇ ਆ ਵੀ ਭਾਈ ਨਹੀਂ ਸਾਡੇ ਪਰਿਵਾਰ ਤੇ ਜਾਂਦੀ ਇਹਦਾ ਇੱਕ ਇਹੀ ਤਰੀਕਾ ਆ ਪਹਿਲਾਂ ਹੋਰ ਤਿੰਨ ਚਾਰ ਮੁੰਡੇ ਸੀ ਉਹਨਾਂ ਦੇ ਪਰਿਵਾਰਾਂ ਤੇ ਭਾਈ ਇਹਨਾਂ ਦੀ ਮਾਂ ਤਾਂ ਐਦਾਂ ਸੀ ਇਹਨਾਂ ਦੀ ਮਾਂ ਭਈਏ ਨਾਲ ਐਦਾਂ ਹੋ ਗਈ ਉਦਾਂ ਹੋ ਗਈ ਉਹਨਾਂ ਨੂੰ ਵੀ ਨੇ ਕਿਹਾ ਠੀਕ ਹੋਨੇ ਸਾਰੇ ਤਾਂ ਇਹੀ ਜਮਾਈ ਜਾਂਦੀ ਆ ਪੇ ਇਹਨੂੰ ਨੱਥ ਪਾਉਣ ਵਾਲਾ ਕੋਈ ਹੈ ਨਹੀਂ ਬਾਈ ਸਿੱਧੀ ਗੱਲ ਆ ਸਾਤੋਂ ਵੀਡੀਓ ਵੀਡੀਓ ਨਹੀਂ ਖੇਲਣੀ ਆਉਂਦੀ ਆਪਾਂ ਨੂੰ ਚਾਹੀਦਾ ਇਹਦਾ ਐਡਰੈਸ ਜਿੱਥੇ ਕੈਨੇਡਾ 'ਚ ਰਹਿੰਦੀ ਆ ਮੇਰੀ ਹੈਲਪ ਕਰੋ ਭਾਈ ਮੈਨੂੰ ਮੈਸੇਜ ਕਰੋ ਇਹਦਾ ਐਡਰੈਸ ਸਿੱਧੀ ਗੱਲ ਆ ਬਾਕੀ ਮੈਂ ਜਾਣਾ ਮੇਰਾ ਕੰਮ ਜਾਣੇ ਮੈਂ ਕੈਮਰੇ ਤੇ ਕਹਿੰਦਾ ਸਾਨੂੰ ਕੋਈ ਡਰ ਨਹੀਂ ਸਿੱਧੀ ਗੱਲ ਆ ਆ ਲਓ ਜੀ ਅਠਾਗੁਰਾ ਆ ਦੇਖੋ ਪੰਡਤ ਹੈ ਇਹ ਕੌਣ ਲੋਗ ਆ ਠੀਕ ਹੈ ਨਾ ਕੌਣ ਲੋਗ ਆਏ ਇਹ ਸਾਰੇ ਹੀ ਜਿਹੜੇ ਇਹਨੂੰ ਸ਼ੇਰ ਨਹੀਂ ਕਹਿੰਦੇ ਆ ਹੋਰ ਹੀ ਸੀ ਮੈਂ ਇੱਕ ਵੀਡੀਓ ਫੋਟੋ ਦਿਖਾਉਣਾ ਉਹ ਉਦਣ ਮੈਂ ਦਿਖਾਈ ਨਹੀਂ ਸੀ ਕਿ ਮੈਨੂੰ ਸ਼ਰਮ ਆ ਗਈ ਸੀ ਮੈਂ ਕਿਹਾ ਨਹੀਂ ਯਾਰ ਪਈਦਾ ਕਿੱਤਾ ਸੀ ਇਹ ਪਰ ਕਿੱਥੋਂ ਹੈ ਸੋ ਆ ਦੇਖ ਸਕਦੇ ਹਾਂਜੀ ਆ ਲਓ ਜੀ ਆ ਦਵਿੰਦਰ ਕੁਮਾਰ ਆ ਪੂਰੀ ਆ ਦੇਖ ਸਕਦੇ ਨਾਮਾ ਤੋਂ ਤੁਸੀਂ ਸਾਰੇ ਹੀ ਫਰੋਹੀ ਬੇਨਤੀ ਆ ਭਾਈ ਖਾਲਿਸਤਾਨ ਨੂੰ ਖੋਤੀਸਤਾਨ 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 ਕਰਦੀ ਰਹਿੰਦੀ ਆ ਜੇ ਆਪਾਂ ਤੁਹਾਡੇ ਹਿੰਦੂਸਤਾਨ ਨੂੰ ਜੇ ਹੁਣ ਮੈਂ ਮੇਰੇ ਮੂੰਹੋਂ ਕਮਾਂ ਤੇ ਤੁਹਾਡੇ ਚਲੂਨੇ ਲੜ ਜਾਣੇ ਤੁਹਾਡੇ ਸੱਪ ਸੁੰਘ ਜਾਣਾ ਸਰਲ ਪੈ ਜਾਣੀ ਸਰਲ ਤੁਹਾਡੇ ਹੈ ਠੀਕ ਹੈ ਨਾ ਸੋ ਠੀਕ ਹੈ ਚਲੋ ਠੀ ਤੂੰ ਖਾਲਿਸਤਾਨ ਦਾ ਨਹੀਂ ਸਮਰਥਨ ਕਰਦੀ ਬਹੁਤੇ ਲੋਕ ਨਹੀਂ ਕਰਦੇ ਕਿਸੇ ਹੱਦ ਤੱਕ ਮੈਂ ਵੀ ਨਹੀਂ ਕਰਦਾ ਸੀ ਪਰ ਇਹ ਥੋੜੋ ਤੂੰ ਖਾਲਿਸਤਾਨ ਨੂੰ ਖੋਤੀਸਤਾਨ ਕਹੀ ਜਾਵੇਂ ਹੈ ਹੁਣ ਜੇ ਹਿੰਦੂਸਤਾਨ ਨੂੰ ਮੈਂ ਕਹਾਂ ਐਦਾਂ ਦਾ ਫਿਰ ਦੇਖਿਓ ਦਾ ਹੋ ਜਾਣਾ ਹੋ ਅੱਲਾ ਹੋ ਜਾਣੇ ਦੰਗੇ ਵੀ ਭਾਈ ਉਹਨੇ ਇਦਾਂ ਕਹਿਤਾ ਉਹਨੂੰ ਨੱਥ ਪਾਓ ਆਪਣੀ ਭੈਣ ਨੂੰ ਠੀਕ ਹੈ ਨਾ ਤੁਸੀਂ ਉਹਨੂੰ ਹੱਲਾਸ਼ੇਰੀ ਦੇਣ ਦੇ ਆ ਜਿੰਨੇ ਵੀ ਆਖੀਰਖਾਨੇ ਆ ਹੈ ਠੀਕ ਹੈ ਨਾ ਇਹਨੂੰ ਹੱਲਾਸ਼ੇਰੀ ਦਿੰਦੇ ਆ ਵਿਜੇ ਕੁਮਾਰ ਹੈ ਸੋ ਨਾਮਾਂ ਤਾਂ ਤੁਸੀਂ ਦੇਖ ਲਓ ਆਪਾਲ ਸਾਲ ਦੀ ਜੂਆਰ ਗ੍ਰੇਟ ਮੈਡਮ ਨਰੇਸ਼ ਕੁਮਾਰ ਹੈ ਮਕੇਸ਼ ਕੁਮਾਰ ਹੈ ਇਹ ਕੌਣ ਆ ਇਹ ਸਭ ਖੀਰਖਾਨੇ ਹੀ ਆ ਮੋਦੀ ਦੀਆਂ ਭੇਡਾਂ ਹੀ ਆ ਸਾਰੀਆਂ ਹਾਂ ਇਹਨਾਂ ਦੀ ਦੀਦੀ ਇਹਦੀ ਦੀਦੀ ਦਾ ਮੈਂ ਡਾਂਸਰ ਚਾਈ ਉਹ ਡਾਂਸਰ ਨਹੀਂ ਡਾਂਸਰ ਤਾਂ ਹੈਗੀ ਆ ਸੋ ਹੁਣ ਇਹਨੂੰ ਮੇਰੇ ਮੇਰੇ ਪਰਿਵਾਰ ਤੇ ਮਾਂ ਤੇ ਕਿਉਂ ਗਈ ਪੀ ਦਾ ਭੇਜ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਵੀ ਭਾਈ ਇਹ ਤਾਂ ਸਨੀ ਦਾ ਡਾਂਸਰ ਨਾ ਅਨੈਨਸੀ ਕਰੇ ਵਾਰ ਰੱਖ ਕੇ ਐਨੀ ਫੇਰ ਉਹ ਹੀ ਗੱਲ ਭਾਈ ਸਾਤੋਂ ਵੀਡੀਓ ਵੀਡੀਓ ਨਹੀਂ ਸਾਨੂੰ ਖੇਲਣੀ ਆਉਂਦੀ ਆ ਲੈ ਪਿੰਕੀ ਕੁਮਾਰ ਬੈਰੀ ਨਾਈਸ ਸੋ ਜਿੰਨੇ ਵੀ ਕਮੈਂਟ ਦੇਖੂਗੇ ਇਹ ਸਭ ਖੀਰਖਾਨੇ ਇਹਦੇ ਹੱਕ ਜੀ ਆ ਸੋ ਸਾਰੇ ਵੀਰ ਭਰਾ ਜਿਨ੍ਹਾਂ ਨੇ ਮੇਰੇ ਹੱਕ ਚ ਕਮੈਂਟ ਕੀਤੇ ਤੁਹਾਡਾ ਵੀ ਸ਼ੁਕਰੀਆ ਲੈ ਪਰਜਾਪਤੀ ਕੋਮਲ ਜੈ ਸ਼੍ਰੀ ਕ੍ਰਿਸ਼ਨ ਜੀ ਕ੍ਰਿਸ਼ਨ ਜੀ ਮਹਾਰਾਜ ਬੈਠਣ ਕਿੱਥੋਂ ਆ ਗਏ ਓਏ ਹੈ ਆ ਵਿੱਚੋਂ ਜੈ ਸ਼੍ਰੀ ਰਾਮ ਵੀ ਕਈਆਂ ਨੇ ਲਿਖਿਆ ਲੈ ਦੱਸ ਉਹ ਮੇਰੀ ਮਾਂ ਨੂੰ ਮੜਾ ਕਹਿਣ ਦੀ ਹੈ ਜੈ ਸ਼੍ਰੀ ਰਾਮ ਲਿਖਣ ਦਾ ਹੈ ਇਹ ਸਾਲੇ ਮੇਰੇ ਹੈ ਦੱਸ ਇੰਨੀ ਕੋਕਾਦ ਦੇਦਾ ਹੈ مالک ਆ ਠੀਕ ਹੈ ਜੀ ਅ ਜਿਨ੍ਹਾਂ ਵੀਰਾਂ ਨੇ ਮੇਰੇ ਹੱਕ 'ਚ ਕਮੈਂਟ ਕੀਤੇ ਸ਼ੁਕਰੀਆ ਸਾਰਿਆਂ ਦਾ ਸੋ ਗੱਲ ਇਹਨੂੰ ਗੁੱਸਾ ਹੈ ਇਸੀ ਗੱਲ ਦਾ ਇਹਦੇ ਬਾਰੇ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਵੀ ਜਿੰਨਾ ਮਰਜੀ ਨੈਂਸੀ ਗਰੇਵਾਲ ਲਿਖੀ ਚੱਲ ਸੁਨੀਤਾ ਡਾਂਸਰ ਆ ਸੀ ਹੈ ਤੇ ਰਹੇਗੀ ਠੀਕ ਹੈ ਜੀ ਆ ਲੈ ਕਾ ਮਨੋਜ ਬੈਰੀ ਬੈਰੀ ਹੋਰ ਇੱਕੀ ਦੀ ਤਕਰਤੂ ਦਿਖਾਉਣਾ ਰੋਕੇ ਜਾਇਓ ਹਨਾ ਆ ਦੇਖੋ ਬਾਂਸੀ ਜੀ ਨੇ ਕਿਹਾ ਸ਼ਰਮ ਕਰ ਮੂਰਖ ਲੇੜੀ ਥੈਂਕ ਯੂ ਬਾਂਸੀ ਜੀ ਸੋ ਦੇਖ ਸਕਦੇ ਆ ਉਹ ਲੈ ਜੈ ਸ਼੍ਰੀ ਰਾਮ ਲਿਖੰਡਿਆ ਆ ਹੈ ਔਰ ਰਾਜਕੁਮਾਰ ਦੇਖ ਲਓ ਜੈ 시 ਰਾਮ ਵਿੱਚ 시리 राम ਜੀ ਦਾ ਕੀ ਹੋ ਹੈ ਇਹ ਇੰਨੀ ਕਿ ਕਰਤੂ ਦੇ ਦਾ ਇਹ مالک ਆ ਦੇਖ ਸਕਦੇ ਆ ਸ਼ੁਕਰੀਆ ਬਾਕੀ ਦੀਆਂ ਫੋਟੋ ਇੱਕ ਹੋਰ ਮੈਂ ਤੁਹਾਨੂੰ ਦਿਖਾਉਣਾ ਭਈ ਮੈਨੂੰ ਸ਼ਰਮ ਆ ਗਈ ਸੀਗੀ ਇਹਨੇ ਤਾਂ ਇਦਾਂ ਦੇ ਕੰਮ ਕੀਤੇ ਹੋ ਆ ਭਾਈ ਜੀ ਹੁਣ ਭਾਈ ਤੁਸੀਂ ਕਹਿੰਦੇ ਸੀ ਭਾਈ ਚੱਕੇ ਰੱਖਿੰਦੀ ਸੀ ਸੁਨੀਤਾ ਡਾਂਸਰ ਦੇ ਐਦਾਂ ਉਦਾਂ ਹੁਣ ਜਦੋਂ ਮੇਰੇ ਪਰਿਵਾਰ ਤੇ ਆਈ ਆ ਤਾਂ ਹੁਣ ਮੈਂ ਕੱਲਾ ਆ ਹੁਣ ਤੁਹਾਡਾ ਸਾਥ ਚਾਹੀਦਾ ਜੈਸੇ ਜੈਸ ਲਿਖਿਓ ਤੇ ਮੈਨੂੰ ਇਹਦਾ ਐਡਰੈਸ ਦੋ ਭਾਈ ਮੈਂ ਫੇਰ ਉਹੀ ਗੱਲ ਆ ਵੀ ਇਹ ਵੀਡੀਓ ਪਾ ਦੂ ਮੈਂ ਪਾ ਦੂ ਇਹ ਇਹ ਸਾਡੇ ਤੋਂ ਕੰਮ ਹੋਣੇ ਨਹੀਂਗੇ ਇਹਦੇ ਫੇਰ ਨਾਲ ਸ਼ਤਰੋਲ ਹੈ ਠੀਕ ਆ ਆ ਲੈ ਐਸ ਕੇ ਭੱਲਾ ਕਹਿੰਦਾ ਵੀ ਰੱਬ ਤੇਰੇ ਤੇ ਕਿਰਪਾ ਰੱਖੇ ਵੀ ਤੂੰ ਦਲੇਰ ਔਰਤ ਆ ਇਹ ਕਾਦੀ ਦਲੇਰੀ ਉਹ ਭੱਲਿਆ ਪਾਇਆ ਜਦੋਂ ਮੈਂ ਤੈਨੂੰ ਚਾਟ ਚ ਦੇ ਖਾਦਾ ਫੇਰ ਤੇਰੇ ਹਾਂ ਦੱਸ ਪੜਿਆ ਲਿਖਿਆ ਲੱਗਦਾ ਤੂੰ ਇਨਸਾਨ ਐ ਸਕੇ ਭੱਲਾ ਮੇ ਅਲ ਮਾਈਟੀ ਬlesਸ ਦਾ ਬੋਲਡ ਲੇਡੀ ਪਲੀਜ਼ ਟੂ ਲਿਸਨ ਕਹਿੰਦਾ ਵੀ ਰੱਬ ਤੇਰੇ ਤੇ ਪੂਰੀ ਕਿਰਪਾ ਕਰੇ ਦਿਲ ਖੁਸ਼ ਹੋ ਗਿਆ ਤੈਨੂੰ ਸੁਣ ਕੇ ਸਕੇ ਭੱਲਾ ਆ ਲਓ ਉਹੀ ਆ ਸੋ ਜਿੰਨੇ ਵੀ ਉਹਦੇ ਹੱਕ ਚ ਕਮੈਂਟ ਆਏ ਆ ਸਭ ਖੀਰਖਾਨੇ ਮੋਦੀ ਦੀਆਂ ਭੇਡਾਂ ਹੀ ਆ ਠੀਕ ਐ ਜੀ ਹਣੀ ਦੀ ਨੈਕਸਟ ਕਰਤੂਦ ਦਿਖਾਉਣਾ ਆ ਦੇਖ ਸਕਦੇ ਆ ਸੋ ਸਾਰੇ ਹੀ ਹਨਾ ਸੋ ਆ ਦੇਖ ਸਕਦੇ ਹਾਂਜੀ ਤੇ ਸ਼ੁਕਰੀਆ ਫੇਰ ਤੋਂ ਜਿਹੜੇ ਵੀਰਾਂ ਭਰਾਵਾਂ ਨੇ ਮੇਰੇ ਹੱਕ 'ਚ ਬਹੁਤ ਕਮੈਂਟ ਕੀਤੇ ਸੀ ਪਿੰਦੀ ਵਧੀਆ ਇਨਸਾਨ ਐ ਇਦਾਂ ਉਦਾਂ ਸ਼ੁਕਰੀਆ ਸਾਰਿਆਂ ਦਾ ਅੱਜ ਦਾ ਆ ਬਾਈ ਨੇ ਲਿਖਿਆ ਇੰਦੀ ਰਿਸਪੈਕਟ ਵਾਲਾ ਬੰਦਾ ਸਾਰਿਆਂ ਦਾ ਸ਼ੁਕਰੀਆ ਜਿਹੜੇ ਮੇਰੇ ਕਹਿ ਤੋ ਬਿਨਾਂ ਹੀ ਹੋਰਾਂ ਖਾਤਿਆਂ ਤੇ ਪੇਜਾਂ ਤੇ ਮੇਰੇ ਖਿਲਾਫ ਕੋਈ ਵੀਡੀਓ ਆ ਮੈਂ ਆਉ ਦੇਖੋ ਭਾਈ ਕਹਿੰਦਾ ਜੂ ਚਵਲ ਇੰਦੀ ਗੁੱਡ ਪਰਸਨ ਥੈਂਕ ਯੂ ਚੀਮਾ ਜੀ ਸੋ ਸ਼ੁਕਰੀਆ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਮੇਰੇ ਹੱਕ ਚ ਕਮੈਂਟ ਕੀਤਾ ਭਾਈ ਸ਼ੁਕਰੀਆ ਥੈਂਕ ਯੂ ਤੁਸੀਂ ਇੰਨਾ ਪਿਆਰ ਕਰਦੇ ਆ ਹਾਂਜੀ ਹੁਣ ਮੈਂ ਥੋੜੋ ਇਹਨਾਂ ਨੂੰ ਕਹਿ ਕੇ ਆਇਆ ਸੀ ਵੀ ਭਾਈ ਮੇਰੇ ਖਿਲਾਫ ਵੀਡੀਓ ਪੈ ਗਈ ਆ ਹਾਂਜੀ ਉਹ ਸ਼ਿਵ ਜੀ ਦੀ ਫੋਟੋ ਲਾਈਓ ਤੇ ਕਹਿੰਦਾ 베ਰੀ ਗੁੱਡ ਦੇਖ ਲਓ ਫਿਰ ਗੱਲ ਉਹੀ ਆ ਭਾਈ ਇਹਨੂੰ ਜਿਹੜੇ ਸਪੋਰਟ ਕਰਦੇ ਆ ਤੁਸੀਂ ਇੱਥੋਂ ਆਈਡੀਆ ਲਾ ਸਕਦੇ 2500 ਕਮੈਂਟਾਂ ਤੋਂ ਭਈ ਕੌਣ ਇਹਦੇ ਸਪੋਰਟਰ ਆ ਠੀਕ ਆ ਜੀ ਆਜੋ ਹੁਣ ਮੈਂ ਜਿਹੜੀ ਫੋਟੋ ਉੱਦਣ ਨਹੀਂ ਸੀ ਦਿਖਾਈ ਮੈਨੂੰ ਸ਼ਰਮ ਆ ਗਈ ਸੀਗੀ ਅੱਜ ਦਿਖਾ ਦਿੰਨਾ ਤੁਹਾਨੂੰ ਆਹ ਲਓ ਜੀ ਬਾਈ ਇਹਨੇ ਸਾਰੇ ਸਾਰੇ ਪਾਪੜ ਬੇਲ-ਬੇਲ ਕੇ ਸਾਰੇ ਕੁਝ ਕਰ-ਕਰ ਛੱਡਤਾ ਆ ਸੋ ਆ ਦੇਖ ਸਕਦੇ ਆ ਜੀ ਸੋ ਵੀ ਦਾ ਇਹ ਗਾਂ ਦਾ ਹਿੱਸਾ ਮੈਂ ਨਹੀਂ ਦਿਖਾ ਸਕਦਾ ਆਪਾਂ ਨੂੰ ਪਰਿਵਾਰ ਦੇਖਦੇ ਆ ਸੋ ਕੋਈ ਗਮ ਹੋ ਦੁਨੀਆ ਦਾ ਜਿਹੜਾ ਇਹਨੇ ਨਹੀਂ ਕੀਤਾ ਤੇ ਨਹੀਂ ਚੱਲੀ ਤੇ ਫਿਰ ਹੁਣ ਉਹੀ ਗੱਲ ਆ ਫਿਰ ਸਿੱਖਾਂ ਦੀ ਭੰਡੀ ਕਰੀ ਜਾ ਲੋ ਠੀਕ ਆ ਸਮਝੇ ਨਾ ਬਚਾਅ ਧਾਰਾ ਹੋ ਜਾਂਦੀ ਆ ਨਾ ਇੱਕ ਵੀ ਕਿਸੇ ਖਾਸ ਧਰਮ ਦੀ ਕਿਸੇ ਖਾਸ ਅਸੀਂ ਵਿਚਾਰਧਾਰਾ ਦੀ ਭੰਡੀ ਕਰੀ ਚਲੋ ਦੂਜੀ ਵਿਚਾਰਧਾਰਾ ਵਾਲੇ ਲੋਕ ਤੁਹਾਡੇ ਨਾਲ ਮਿਲ ਜਾਣੇ ਆ ਠੀਕ ਹੈ ਜੀ ਮੈਂ ਉਦੋਂ ਵੀ ਦੱਸਿਆ ਸੀ ਇਹ ਕੌਣ ਆ ਕਿੱਥੇ ਦੀ ਕੀ ਦਾ ਅਸਲੀ ਨਾ ਆ ਇਹ ਨਕਲੀ ਸਿੱਖਣੀ ਮੰਨ ਕੇ ਸਿੱਖਾਂ ਦੀ ਭੰਡੀ ਕਰਦੀ ਰਹਿੰਦੀ ਆ ਤੇ ਜਿਹੜੇ ਮੋਦੀ ਦੀਆਂ ਭੇਡਾਂ ਜਾਂ ਹੋਰ ਮੇਰੀ ਹਿੰਦੂ ਭਾਈਚਾਰੇ ਨੂੰ ਸਪੈਸ਼ਲ ਅਪੀਲ ਆ ਤੁਸੀਂ ਦੇਖ ਸਕਦੇ ਕਮੈਂਟਾਂ 'ਚ ਵੀ ਮੋਸਟਲੀ ਆਪਣੇ ਬਾਬਾ ਹਿੰਦੂ ਭਾਈਚਾਰੇ ਵਾਲੇ ਇਹਦੀ ਸਪੋਰਟ ਕਰਦੇ ਆ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਮੈਨੂੰ ਕਈ ਕਹਿੰਦੇ ਰਹਿੰਦੇ ਭਾਈ ਹਿੰਦੂ ਸਿੱਖ ਨਾ ਮਾਸ ਦਾ ਰਿਸ਼ਤਾ ਜੇ ਨਾ ਮਾਸ ਦਾ ਰਿਸ਼ਤਾ ਇਹ ਔਰਤ ਇੰਨਾ ਮਾੜਾ ਚੰਗਾ ਕਹਿੰਦੀ ਆ ਸਿੱਖਾਂ ਨੂੰ ਸਿੱਖਾਂ ਦੇ ਧਰਮ ਨੂੰ ਸਿੱਖਾਂ ਦੇ ਰੀਤੀ ਰਵਾਜਾਂ ਨੂੰ ਸੋ ਤੁਸੀਂ ਇਹਦੀ ਸਪੋਰਟ ਕਿਉਂ ਕਰਦੇ ਆ ਜਦੋਂ ਤੁਸੀਂ ਨਿਊਟਰਲ ਹੀ ਰਹਿ ਲੋ ਤੁਸੀਂ ਇਹਦੀ ਸਪੋਰਟ ਕਿਹੜੀ ਗੱਲਾਂ ਕਰਦੇ ਆ ਇਹਦਾ ਮੀਨ ਇਹੀ ਆ ਤੁਸੀਂ ਵੀ ਸਿੱਖਾਂ ਦੇ ਖਿਲਾਫ ਆਈਆਂ ਤੁਹਾਡੇ ਦੇਲਾਂ 'ਚ ਵੀ ਸਿੱਖਾਂ ਦੇ ਖਿਲਾਫ ਜਾ ਰਹੀ ਆ ਤੁਸੀਂ ਇਹਦੀ ਸਪੋਰਟ ਕਰਦੇ ਆ ਵੀ ਦਲੇਰ ਲੇਡੀ ਸ਼ੇਰ ਲੇਡੀ ਆ ਰਨ ਲੇਡੀ ਵੀ ਚੱਕ ਕੇ ਰੱਖ ਤੂੰ ਹਾਂਜੀ ਸਮਝਦੇ ਨਾ ਸਭ ਤੋਂ ਪਹਿਲੀ ਗੱਲ ਤਾਂ ਇਹ ਹੀ ਆ ਖਾਲਸਤਾਨੀ ਠੀਕ ਐ ਤੂੰ ਨਹੀਂ ਸੋਚ ਮਿਲਦੀ ਤੂੰ ਖੋਤਾਸਤਾਨੀ ਕਿੱਦਾਂ ਕਹਿੰਦੀ ਆ ਫੇਰ ਉਹੀ ਗੱਲ ਹਿੰਦੁਸਤਾਨੀ ਨੂੰ ਜੇ ਮੈਂ ਹੁਣ ਹਨਾ ਕਹਿੰਦੇ ਆਪਾਂ ਹਿੰਦੂ ਰਾਸ਼ਟਰ ਬਣਾਉਣਾ ਜੀ ਸੱਤ ਕੇ ਬਣਾਓ ਭਰਾਵੋ ਜੇ ਮੈਂ ਕੁਛ ਐਦਾਂ ਦਾ ਕਿਹਾ ਸੋ ਗੱਲਾਂ ਮੇ ਇੱਕੋ ਵੀ 바ਵਾ ਆ ਠੀਕ ਹੈ ਨਾ ਸਮਝੇ ਨਾ ਸੋ ਖੀਰ ਤੁਹਾਡੇ ਗੱਲ ਤੋਂ ਗਾਂ ਨਹੀਂ ਲੰਗਣੀ ਸਹੀ ਹੈ ਨਾ ਸੋ ਬਾਕੀ ਆ ਦੇਖ ਲਓ ਆ ਕੱਲ ਦੀ ਆਈ ਦੀ ਫੋਟੋ ਟਿੱਕੇ ਲਾਇਓ ਆ ਭਰਾਵਾ ਜਿਹੜੇ ਮਰਜੀ ਤੂੰ ਰੱਬ ਨੂੰ ਬੂਝ ਆਪਾਂ ਕੋਈ ਨਹੀਂ ਲੈਣਾ ਦੇਣਾ ਤੂੰ ਸਿੱਖਾਂ ਨੂੰ ਨਾ ਮਾੜਕ ਤੇ ਪਰਿਵਾਰ ਤੇ ਗਈਆਂ ਈਦਾ ਮੈਨੂੰ ਐਡਰੈਸ ਚਾਹੀਦਾ ਮੁੱਕ ਦੀ ਗੱਲ ਏ ਆ ਭਾਈ ਜੀ ਆਪਾਂ ਵੀਡੀਓ ਤੇ ਕੰਨੇ ਸ਼ਰੇਆਮ ਜਿਹੜੀ ਮਰਜ਼ੀ ਪੁਲਿਸ ਕੋਲ ਰਿਪੋਰਟ ਲਖਾ ਲਵੇ ਵੀਡੀਓ ਵੀਡੀਓ ਮੇਤੋਂ ਨਹੀਂ ਖੇਲ ਹੁੰਦਾ ਮੈਨੂੰ ਇਹਦਾ ਐਡਰੈਸ ਚਾਹੀਦਾ ਬਸ ਕੈਨੇਡਾ ਚ ਕਿੱਥੇ ਰਹਿੰਦੀ ਆ ਬਾਕੀ ਜਿਹੜੇ ਉਧਰਲੇ ਪਾਸੇ ਸਿੰਘ ਰਹਿੰਦੇ ਆ ਉਹਦਾ ਭਰਾਵੋ ਹੁਣ ਪਤਾ ਨਹੀਂ ਉਧਰ ਬਾਸੀ ਵੀ ਸਸਰੀ ਘਾਲ ਨੂੰ ਕਹਿੰਦਾ ਟਾਈਮ ਵੇਸਟ ਆ ਸਸਰੀ ਘਾਲ ਨਹੀਂ ਤੁਸੀਂ ਕਹਿਣੀ ਇਹ ਵੀ ਸਿੱਖਾਂ ਨੂੰ ਰੱਜ ਕੇ ਭੰਡਦੀ ਆ ਮੈਨੂੰ ਉਹਦਾ ਪਤਾ ਨਹੀਂ ਭਾਈ ਸਰੀ ਚ ਤਾਨਖੀ ਸਿੰਘ ਹੈਗੇ ਆ ਮੈਨੂੰ ਇੰਨਾ ਪਤਾ ਆ ਸਰੀ ਜਨਕੀ ਸਿੰਘ ਪੂਰੇ ਆ ਉਧਰ ਜਿੱਧਰ ਇਹ ਰਹਿੰਦੀ ਉਧਰ ਹੈ ਨਹੀਂਗੇ ਜ਼ਿਆਦਾ ਹਾਂਜੀ ਸਿੱਖਾਂ ਦੇ ਰੀਤੀ ਰਿਵਾਜਾਂ ਨੂੰ ਕੱਪੜਿਆਂ ਨੂੰ ਹਾਂਜੀ ਲਾਈਕ ਕੋਈ ਚੀਜ਼ ਤਾਂ ਹੈ ਜਿਹੜਾ ਇਹਨੇ ਛੱਡੀ ਹੋਵੇ ਹੈ ਸੋ ਮੁੱਖ ਦੀ ਗੱਲ ਇਹ ਆ ਭਾਈ ਸਤੋਂ ਨਹੀਂ ਵੀਡੀਓ ਵੀਡੀਓ ਖੇਲ ਹੁੰਦਾ ਹਾਂਜੀ ਤੋ ਕੋਲੋਂ ਗੱਲਾਂ ਲਾਉਣ ਨੂੰ ਮੈਂ ਨਹੀਂ ਕਹੀ ਜਾਉਂਦੀ ਆ سیدھا ਉਹ سیدھا ਉਹ ਸੀ ਸੋ ਤੁਸੀਂ ਵੀ ਲੋਕ ਸਿਆਣੇ 18 ਪਲੱਸ ਆ ਤੁਹਾਡਾ ਵੀ ਸਾਰਿਆਂ ਦਾ ਦਿਮਾਗ ਆ ਸਭ ਨੂੰ ਪਤਾ ਕੌਣ ਸੱਚਾ ਕੌਣ ਝੂਠਾ ਸੋ ਮੈਨੂੰ ਮੈਸੇਜ ਕਰਿਓ ਭਾਈ ਜੇ ਕਿਸੇ ਕੋਈ ਦਾ ਐਡਰੈਸ ਹੈਗਾ ਆ ਤੇ ਕਮੈਂਟ ਕਰਿਓ ਵੱਧੋ ਵੱਧ ਜੇ ਤੁਸੀਂ ਮੇਰੇ ਨਾਲ ਆ ਜੋ ਵੀ ਆ ਤੇ ਆਪਾਂ ਭੇਡਾਂ ਦੀ ਇਦਾਂ ਹੀ ਮੈਂ ਕਰਾ ਕੇ ਰੱਖਣੀ ਆ ਸ਼ੁਕਰੀਆ ਠੀਕ ਆ ਨਾ ਸੋ ਕਈ ਲੋਕ ਚੁੱਪ ਕਰ ਜਾਂਦੇ ਆ ਇਹਨੇ ਪਹਿਲਾਂ ਵੀ ਜਿਹੜੇ ਮੁੰਡੇ ਦੇ ਖਿਲਾਫ ਬੋਲੇ ਸੀ ਪਈ ਇਹਨਾਂ ਦੀ ਮਾਂ ਸਰਪੰਚ ਦੇ ਕੰਮ ਕਰਦੀ ਸੀ ਭਈ ਇਹਨਾਂ ਭੱਜ ਗਈ ਦੇ ਕੋਲੇ ਹੀ ਸਟੋਰੀ ਆ ਇਹਦੀਆਂ ਪਿਛਲੀਆਂ ਸਟੋਰੀਆਂ ਸਾਰੀਆਂ ਸੁਣ ਲਿਓ ਠੀਕ ਹੈ ਨਾ ਉਹ ਕਹਿੰਦੇ ਕਾਨੂੰ ਹਨਾ ਭਈ ਗੰਦ ਨਾਲ ਮੂੰਹ ਲਾਉਣਾ ਆ ਇਹ ਤਾਂ ਹੀ ਦਾ ਚਾਮ ਲੀ ਗੋ ਆ ਭਈ ਕੋਈ ਇਹਨੂੰ ਟੱਕਰਿਆ ਨਹੀਂ ਇਹ ਜੋ ਬੋਲੀ ਜਾਂਦੀ ਆ ਲੋਕ ਕਹਿੰਦੇ ਛੱਡੋ ਕਾਨੂੰ ਹਨਾ ਭਈ ਇਹਦਾ ਚਵਲਿਆ ਆਪਾਂ ਦਾ ਤੇ ਹਾਂਜੀ ਸਮਝੇ ਨਾ ਸੋ ਇਹ ਚੱਕਰ ਆ ਹਾਂਜੀ ਠੀਕ ਹੈ ਜੀ ਤੋ ਬਾਕੀ ਦੱਸਿਓ ਭਾਈ ਮੇਰੇ ਇਹਦਾ ਐਡਰੈਸ ਕੋਈ ਪਤਾ ਕਰਕੇ ਫੇਰ ਮੈਤੋਂ ਨਹੀਂ ਵੀਡੀਓ ਵੀਡੀਓ ਖੇਲ ਹੁੰਦਾ ਮੈਨੂੰ ਇਹਦਾ ਐਡਰੈਸ ਚਾਹੀਦਾ ਮੈਸੇਜ ਕਰ ਦਿਓ ਮੈਨੂੰ ਜੇ ਕਿਸੇ ਕੋਲ ਹੈਗਾ ਆ ਕਈ ਵਾਰ ਮੇਤੋਂ ਮੈਸੇਜ ਨਹੀਂ ਦੇਖ ਹੁੰਦੇ ਸੋ ਮੈਂ WhatsApp ਨੰਬਰ ਹੀ ਸਪੈਸ਼ਲ ਦੇ ਦਿੰਨਾ ਮੈਨੂੰ ਉੱਤੇ ਹੀ ਦਾ ਨੰਬਰ ਐਡਰੈਸ ਕਰ ਦਿਓ 7788916528 ਪਲੱਸ 1 778 ਪਲੱਸ 1 ਲਾ ਕੇ 7788916528 ਇੱਥੇ ਮੈਨੂੰ WhatsApp ਕਰੋ ਹੀ ਦਾ ਐਡਰੈਸ ਮੈਨੂੰ ਚਾਹੀਦਾ ਆ ਮੈਂ ਕੈਮਰੇ ਤੇ ਖੈਨਾ ਸਿੱਧੀ ਗੱਲ ਆ ਮੈਂ ਬਹੁਤ ਤਫਿਆ ਪਿਆ ਇਤੋਂ ਠੀਕ ਆ ਨਾ ਬਾਕੀ ਭਾਈ ਹੋਊਗੇ ਹੋਰ ਜਿਹੜੇ ਸੁਣੀ ਗਏ ਸੀਗੇ ਸੱਤੋਂ ਨਹੀਂ ਸੁਣ ਹੁੰਦੀਆਂ ਇਹ ਗੱਲਾਂ ਬਸ ਮੁੱਕ ਦੀ ਗੱਲ ਇਹ ਆ ਓਕੇ ਜੀ ਸ਼ੇਅਰ ਕਰਿਓ ਵੱਦੋ ਵੱਦ ਤੇ ਕਮੈਂਟ ਲਿਖਿਓ ਤੁਸੀਂ ਜੇ ਮੇਰੇ ਨਾਲ ਆ ਜਾਂ ਜੋ ਵੀ ਆ ਮੈਂ ਨੰਬਰ ਦੇ ਦਿੱਤਾ WhatsApp ਮੈਨੂੰ ਇਹਦਾ ਐਡਰੈਸ ਚਾਹੀਦਾ ਬਸ ਓਕੇ ਜੀ ਸ਼ੁਕਰੀਆ ਤੇ ਦੱਸਿਓ ਆਪਣੇ ਵਿਚਾਰ ਸ਼ੁਕਰੀਆ ਕਲਿੱਕ ਕਰਦੇ ਹੋ ਵੀ ਲਿੰਕ ਪਾ ਦੂੰਗਾ